ਤਕਨੇ ਤੁਸਾ ਜੀਬ ਕੱਢਣਾ ਬਿਆਦ ਹੈ ਇਹ ਚੱਕ ਚੱਕ ਇਹ ਦਿਸੇ ਇਨਾ ਕੀ ਮਾਰਨਾ ਵੀ ਆ ਪਿਆ ਚੱਕ ਉਹ ਤੇ ਵਾਲਦ ਗੋਲੂ ਮੈਂ ਦਮ ਸੇ ਖੈਦ ਫਿਰ ਕੇ ਮੈਂ ਲੋੜੋ ਲਾ ਗਿਆ ਠੀਕ ਹੈ ਤੇ ਇਤਨਾ ਤਜਰਬਾ ਹੋ ਗਿਆ ਜਿੱਥੇ ਸੱਪ ਰਨ ਹੋਵੇ ਮੈਂ ਜਗਾ ਤੱਕ ਦਾ ਸੁਲਣਾ ਕਿਥੇ ਸੱਪ ਹੈ ਵੇ ਔਰ ਇਸ ਨਸਲ ਨੇ ਇਤਨਾ ਇਸ ਨੀ ਲੰਬਾਈ ਹੈ ਇਸਨੇ ਮੋਟਾਈ ਹੈ ਇਸਨੇ ਇਸ ਰੰਗ ਵਿੱਚ ਬਿਨੈਸ਼ੀ ਨੇ ਤੂੰ ਬਗੈਰ ਨਪੜੇ ਹੋ ਇਹ ਬਗੈਰ ਵੇਂ ਤੂ ਜੀ ਸੱਪ ਨੇ ਕੰਨ ਨਹੀਂ ਹੋਨੇ ਅਸਲਾਮੁਅਲੈਕਮ ਜੀ ਵੀਅਰਸ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਸੋ ਖੈਰੀ ਮੇਰੀ ਹੋ ਸੋ ਮਾੜਾ ਨਾ ਹੈ ਸੈਦ ਬਿਲਾਲ ਅਦਰ ਤੁਸੀਂ ਤੱਕਣੇ ਪਿਓ ਐਕਸਪਲੋਰ ਪਟਵਾਰ YouTube ਚੈਨਲ ਤੇ ਅੱਜ ਵੀਡੀਓ ਬੜੀ ਮਜ਼ੇ ਨਹੀਂ ਹੋਣਾ ਲਈ ਅੱਜ ਐਸਾ ਅੱਜ ਸੱਪ ਨਪਣਾ ਤੁਸਾਂ ਕਿ ਕਾਸਾਂ ਉਹਨਾਂ ਦਾ ਇੰਟਰਵਿਊ ਸੀ ਵੀ ਕਿੰਸਾਂ ਕਿ ਸੱਪ ਕਿਸ ਤਰ੍ਹਾਂ ਨਪਣੇ ਨੋ ਇਹ ਕਹੇ ਚੱਕੋ ਰਾਇ ਬਿਗੈਰ ਕਿਸੇ ਚੀਜ਼ਾ ਤੋਂ ਜਿਹੜਾ ਨਪਣੇ ਕੋਈ ਚਾਦਰ ਸ਼ਾਦਰ ਨਹੀਂ ਕੋਈ ਜਾਲ ਨਹੀਂ ਇਸ ਤੋਂ ਇਲਾਵਾ ਕੋਈ ਜਿਹੜਾ ਵਾ ਉਹ ਬੀਨ-ਚੀਨ ਨਹੀਂ ਉਸ ਤੋਂ ਬਿਗੈਰ ਹੀ ਸਾਹਮਣੇ ਇਹ ਦੱਬੂ ਵਿੱਚ ਜੀ ਇਸ ਪਾਸਾ ਗਿਆਵ ਹੈ ਇਹ ਚੈੱਕ ਕਰਨੇ ਆ ਕਿਦੋਂ ਰਿਹਾ ਇਹ ਸਾਰੇ ਇਹ ਇਹ ਜੀ ਇਹ ਇੱਥੇ ਇਹ ਹੁਣ ਤੱਕੋ ਜੀ ਜੀ ਦੇ ਵੀਵਰਸ ਅਸਾ ਸਪ ਨਾ ਪਾਂਦਾ ਤੇ ਸਾਈਂ ਹੋਰ ਨਪੜੇ ਆ ਤੇ ਤੱਕ ਸਕਣੇ ਤੁਸੀਂ ਜੀਬੋ ਕੱਢਣਾ ਪਿਆ ਤੇ ਇਹ ਚੱਕ ਚੱਕ ਇਹ ਦਿਸੇ ਇਹਨਾਂ ਕੀ ਮਾਰਨਾ ਵੀ ਆ ਪਿਆ ਚੱਕੋ ਤੇ ਲੇਕਿਨ ਇਹ ਹੈ ਕਿ ਇਹਨਾਂ ਕੀ ਕੋ ਨਹੀਂ ਕੋ ਅਸਰ ਨਹੀਂ ਕਰਨਾ ਇਹਨਾਂ ਦਾ ਖੂਨ ਹੀ ਹੈ ਜਾਂ ਕੋੜਾ ਜਾਂ ਕੈ ਚੱਕਰ ਹੈ ਲੇਕਿਨ ਅਸਾਂ ਇਹਨਾਂ ਨੂੰ ਪੁੱਛਨੇ ਆ ਸ਼ਾਪਰਾਏ ਬਾਸ ਜੀ ਤੇ ਇਹਨਾਂ ਨਾਲ ਗੱਲ ਬਾਤ ਕਰਨੇ ਆ ਜੀ ਤੇ ਬਹੁਤ ਜ਼ਾਲਮ ਜ ਸਾਪ ਹੈ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਜੀ ਠੀਕ ਹੋ ਭਾਈ ਜਾਨੋ ਜੀ ਠੀਕ ਠਾਕ ਕੈ ਹਾਲ ਹੈ ਤੁਸਾਂ ਨਾ ਸ਼ੁਕਰ ਅਲ ਹਮਦੁਲਿਲਾ ਜੀ ਅੱਲਾ ਜੀ ਨੇ ਲੱਖ ਲੱਖ ਸ਼ੁਕਰ ਤੇ ਆਪਣਾ ਇਹ ਦੱਸੋ ਨਾਂ ਕੈ ਤੇ ਲਾਕਾ ਕਿਹੜਾ ਮੇਰਾ ਨਾਮ ਅਬਦੁਲ ਹਸੈਨ ਹੈ ਜੀ ਮੈਂ ਟੋਕਰਮਾਬਾਦ ਗਰਾਈ ਨਾ ਰਹਿਣ ਵਾਲਾ ਇਹ ਕਿਹੜੇ ਪਾਸੇ ਟੋਕਰਮਾਬਾਦ ਇਹ ਚੂੜਚੋਕ ਤੋਂ ਖੱਬੇ ਹੱਥ ਗੱਡੀ ਅਗਵੈਨੀ ਚੂੜਚੋਕ ਜੀ ਪਿੰਡੀ ਉਥੋਂ ਖੱਬੇ ਹੱਥਾਂ ਨੇ ਗੱਡੀ ਜਾਣੀ ਹੈ ਇਹ ਦੱਸੋ ਕਿ ਇਹ ਸੱਪਾਂ ਲਾਏ ਕੋ ਕੁਦਰ ਤੁਸਾਂ ਜਿਹੜਾ ਹੈ ਕੰਮ ਇਹ ਸ਼ੌਕ ਸੀ ਜਾਂ ਕਹਿ ਕਿਸ ਤਰ੍ਹਾਂ ਤੁਸਾਂ ਸਿੱਖਿਆ ਹੈ ਤੁਸਾਂ ਕੀ ਲੜਨੇ ਵੀ ਕੋ ਨਹੀਂ ਕੈ ਸਾ ਹਾਬ ਕਿਤਾਬ ਹੈ ਇਹ ਮੈਂ ਬਚਪਨ ਨਾਲ ਸ਼ੌਂਕ ਹੈ ਜੀ ਬਾਲਦ ਗੋਲੂ ਮੈਂ ਦਮ ਸਿੱਖਿਆ ਤੇ ਫਿਰ ਕੇ ਮੈਂ ਲੋੜੂ ਲੱਗ ਗਿਆ ਠੀਕ ਹੈ ਤੇ ਇਤਨਾ ਤਜਰਬਾ ਹੋ ਗਿਆ ਜਿੱਥੇ ਸੱਪ ਰਨ ਹੋਵੇ ਮੈਂ ਜਗਾ ਤੱਕ ਦਾ ਸੁਲਣਾ ਕਿਥੇ ਸੱਪ ਆਵੇ ਉਹ ਇਸ ਨਸਲ ਨਾਲ ਇਤਨਾ ਇਸ ਦੀ ਲੰਬਾਈ ਹੈ ਇਤਨੀ ਮੋਟਾਈ ਹੈ ਇਸ ਦੀ ਇਸ ਰੰਗ ਵਿੱਚ ਇਹ ਤੁਸਾਂ ਕੀ ਕਿਸ ਤਰ੍ਹਾਂ ਪਤਾ ਲੱਗਣਾ ਇਹ ਬਿਠਾ ਕਰਨੇ ਜੀ ਬਿਠਾ ਕਰਨੇ ਤਾਂ ਇਹ ਦੱਸੋ ਕਿ ਇਹ ਜਿਹੜੇ ਨੂੰ ਬੀਨਾ ਸ਼ੀਨੇ ਤੋਂ ਬਗੈਰ ਨਪੜਿਓ ਜਿਸ ਤਰ੍ਹਾਂ ਹੁਣ ਇਹ ਨਪੜੇ ਜਾਂ ਬੀਨਾ ਸ਼ੀਨੇ ਨਾਲ ਇਹ ਬਗੈਰ ਬੇਨਤੂ ਜੀ ਸੱਪਾਂ ਨੇ ਕੰਨ ਨਹੀਂ ਹੋਨੇ ਬੀਨਾ ਲਈ ਐਵੇਂ ਝੂਠੀ ਐ ਜੀ ਇਹ ਬੰਦਾ ਮਸਤ ਹੋਵੈ ਨੇ ਸੱਪਨੇ ਮਸਤ ਹੋਣਾ ਸੱਪ ਆਪਣੀ ਜਾਨ ਬਚਾਣੇ ਐਸੇ ਅੱਗੇ ਪਿਛੇ ਹੋਣਾ ਰਹਿਣਾ ਹਿਲਣਾ ਰਹਿਣਾ ਠੀਕ ਐ ਜੀ ਤੇ ਉਹ ਜਿਹੜਾ ਵੈ ਸੱਪ ਇਹ ਉਹ ਨਾਗ ਸ਼ਾਗ ਅਸਾਂ ਤਕਿਆ ਫਿਲਮਾਂ ਸ਼ਿਲਮਾ ਜਵੀਂ ਔਰ ਅੱਗੇ ਟੀਵੀ ਤੇ ਉਹ ਬੀਨੇ ਤੇ ਨਚਣਾ ਆਈਆਂ ਬੜਾ ਜਿਹੜਾ ਉਹ ਵੈਸੇ ਜੀ ਵੈਸਾ ਮੈਂ ਡਰਾਮਾ ਬਣਾਇਆ ਉਹਨਾਂ ਨੇ ਅੱਛਾ ਅੱਛਾ ਹਾਂ ਜੀ ਤੇ ਇਹ ਤੁਸੀਂ ਕਹਿੰਦਾ ਸ ਬਜ਼ੁਰਗ ਨਪੜੇ ਹੋਣੇ ਸਨ ਇਹ ਸੱਪ ਜੀ ਉਹ ਨਾਪ ਕੇ ਨਾ ਤੇ ਮਾਰ ਛੋੜਨੇ ਜਾਂ ਛੋੜ ਦੇਣੇ ਜੰਗੋ ਲੈ ਜਵੇਂ ਠੀਕ ਹੈ ਜੀ ਤੇ ਉਹਨਾਂ ਕੋਲ ਵੀ ਦਮ ਸ਼ਮ ਸੀ ਕੋਈ ਉਹਨਾਂ ਕੋਲ ਵੀ ਦਮ ਹੈ ਕਿਆ ਪੜਨੇ ਹੋ ਤੁਸੀਂ ਇਹ ਅੱਲਾ ਦੀ ਪਾਕ ਕਲਾਮ ਹੈ ਉਹ ਪੜਨੇ ਆ ਸਹੀ ਹੈ ਫਿਰ ਉਸ ਤੇ ਅਮਲ ਕਰਨੇ ਆ ਹਕੀਦਾ ਹੋਣਾ ਆਸਾਨ ਸਹੀ ਹੈ ਅਸੀਂ ਨਪਨੇ ਵੀ ਆ ਫਿਰ ਲੜ ਵੇਂਜੇ ਦਮ ਪਾਣੇ ਆ ਠੀਕ ਹੋ ਇਹਨਾਂ ਕੋਈ ਨੁਕਸਾਨ ਨਹੀਂ ਦੇਣਾ ਕਿਸੇ ਕਿਸਮ ਨੂੰ ਹੁਣ ਜਿਹੜਾ ਤੁਸੀਂ ਨਪੜਿਆ ਤੇ ਲੜਿਆ ਤੁਸੀਂ ਕੀ ਆ ਕੋਈ ਨਹੀਂ ਇਹ ਮੈਂ ਲੜਿਆ ਜੀ ਬਰਲੇਸ ਨਸੋਲੇ ਜ਼ਰ ਘਾਟੋ ਨਹੀਂ ਇਹ ਨਹੀਂ ਸਰਕਾਰ ਸਕਣਾ ਬੰਦਾ ਨੁਕਸਾਨ ਨਹੀਂ ਜੈਣਾ ਠੀਕ ਹੈ ਤੇ ਇਹ ਡੱਡਾ ਆਲਾ ਨਾ ਨਹੀਂ ਸਾਰੇ ਡੱਡਾ ਖਾਣੇ ਨੂੰ ਮਤਲਬ ਬਈ ਗਰੀਬ ਹੈ ਜਾਂ ਵੀਰੇ ਤੱਕ ਰੋਟੀ ਖਾਣਾ ਦਾਲ ਖਾਵੇ ਨਾਲੀਆ ਗੋਸ਼ ਖਾਵੇ ਉਹ ਇੱਕ ਹੀ ਹਿਸਾਬ ਹੈ ਸਮਝੋ ਤੇ ਇਹ ਛਜਲੇ ਆਪੋ ਵੀ ਉਹ ਵੀ ਡੱਡਾ ਖਾਣਾ ਜੇ ਨਾ ਗੋਣਾ ਜੇ ਉਹ ਵੀ ਡੱਡਾ ਖਾਣਾ ਚੂਹੇ ਖਾਣਾ ਚਪਕੀਆਂ ਖਾਣਾ ਠੀਕ ਹੋ ਮੱਛੀ ਖਾਣਾ ਸਹੀ ਹੋ ਗਿਆ ਭੁੱਖਾ ਹੋਵੇ ਜੇ ਕੋਈ ਵੀ ਚੀਜ਼ ਜਿਸ ਅਗੇ ਆਵੇ ਖਾਵੇ ਨਾ 택ਸੀ ਮੇਰਾ ਬਚਾ ਨਾ 택ਸੀ ਕੋਈ ਹੋਰ ਹੈ ਠੀਕ ਹੋ ਨਾ ਆਪਣਾ ਤੈ ਤੂੰ ਹੁਣ ਰੋਕੇ ਜੀ ਇਹ ਤੁਸਾਂ ਹੁਣ ਜਿਹੜਾ ਸੱਪ ਨਪੜਿਆ ਹੋਵੇ ਇਹ ਇਸ ਨਾਲ ਹੁਣ ਕਿਆ ਕਰਸੋ ਇਸਨੂੰ ਜੀ ਵੇਚ ਛੋੜ ਸਾਂ ਜੇ ਕਿਸੇ ਕਦਾ ਦੇ ਨੇ ਦੋ ਚਾਰ ਡਾੜੇ ਰੱਖ ਕੇ ਛੋੜ ਦੇ ਸਾਂ ਸਹੀ ਹੋ ਗਿਆ ਜੀ ਤੇ ਕਿੰਨੇ ਬੰਦੇ ਹ ਮਜਮੇ ਲੈ ਜਾ ਕਰਨੇ ਜਿਹੜੇ ਬੰਦਾਰੀ ਸ਼ਾਰੀ ਹੋਣ ਨੇ ਜਾਂ ਸੰਨਿਆਸੀਏ ਜਿਹੜੇ ਮੇਲਿਆਂ ਛੇਲਿਆਂ ਦੇ ਹਾਂ ਇਹ ਚਾਹ ਕੰਨ ਇਹ ਕਿਤਨੇ ਨਾ ਕੰਨ ਸਭ ਇਹ ਬਸ ਮੁਕਸੀਲੇ ਫਰੇਟ ਆ ਜੀ 4 ਨਿਕੋਲੇ ਨੇ ਤੇ ਇੱਕੋ ਇੱਕ ਮੋਟਾ ਹੋਣਾ ਇਨਾ ਕੋਂਡਾ ਟਾਈਪ ਉਹ ਵੀ ਨਪੜਿਆ ਨਪੜਿਆ ਉਸੋ ਕਰੇ ਉਹ ਅਸਾਂ ਨੇ ਲਾਕੇ ਨਹੀਂ ਹੈ ਤੇ ਜੇ ਮੇਲਵੇਂ ਜੈ ਤੇ ਨਾ ਛੋੜ ਲੈ ਨਾਪ ਕਰਨੇ ਆ ਅੱਛਾ ਅੱਛਾ ਜੀ ਤੇ ਇਹ ਤੁਸੀਂ ਕੀ ਆਪਣੀ ਜਿਹੜਾ ਤੁਸੀਂ ਤੁਸੀਂ ਕੀ ਕੋਈ ਲੜਿਆ ਵੀ ਹੈ ਬਹੁਤਾ ਫਰ ਲੜੇ ਜੀ ਤੇ ਕੋ ਅਸਰ ਛੇਸਰ ਅਸਰੋ ਨਾ ਨਾ ਦਮ ਪਾਸ਼ ਵਣੋ ਫਿਰ ਖਤਰੇ ਜਬਾਰ ਹੋਏ ਨਾ ਕੋ ਠੀਕ ਹੋ ਗਿਆ ਤਾਂ ਉੰਜੇ ਤੁਸੀਂ ਕੋਈ ਸਾ ਬੰਦੇ ਕੀ ਲੜਿਆ ਹੋਇਆ ਤਾਂ ਵੀ ਦਮ ਪਾਣੇ ਜੀ ਦਮ ਪਾਣੇ ਠੀਕ ਹੋ ਜਾਣਾ ਜੀ ਠੀਕ ਹੋ ਗਿਆ ਅਸਰ ਨਹੀਂ ਕਰਨਾ ਉਹ ਅਗਰ ਤੁਸੀਂ ਕੋਈ ਰابطਾ ਕਰਾ ਆਗੂ ਪਿਛੋਂ ਸਭ ਉਸਨੇ ਘਾਰ ਨਿਕਲ ਅਛਾ ਤਾਂ ਫਿਰ ਤੁਸੀਂ ਉਸਨੇ ਘਾਰ ਜਾ ਕੇ ਨਪਕਿੰਸੋ ਜੀ ਨਪਕਿੰਸੋ ਤੇ ਜੇ ਉਹ ਬੜੇ ਹੋਵੇ ਪੱਲਿਆਂ ਜੀ ਅੱਗੇ ਪਿਛੇ ਕੋਈ ਖੁੱਡਾ ਛੁੱਡਾ ਜੋ ਜਿੱਥੇ ਵੀ ਗਦਰ ਆ ਬਾਸੋ ਮਣਾ ਖਿਆਲ ਕਰਾ ਤੇ ਮੈਂ ਸਭ ਕਿ ਜੇ ਜਾਵੀ ਸੱਪ ਹੋਵੇ ਨਾ ਆਪਣਾ ਖਿਆਲ ਮਤਲਬ ਤੁਸਾਂ ਕੋ ਲੋਵਾਇਸ਼ ਹੈ ਬਾਈ ਮੈਨ ਵੀ ਅਜ ਤੱਕ ਕੋ ਕੋ ਖਰਚਾ ਦੇਵਾ ਗਰੀਬ ਬੰਦਾ ਮੈਂ ਵੀ ਬਚਾ ਨਹੀਂ ਰੋਜ਼ੀ ਰੋਜ਼ੀ ਕਮਾਣਾ ਬਿਲਕੁਲ ਇੰਜੀ ਹਾਂ ਜੀ ਕਿਸਾ ਕਿਸਮ ਨਾ ਵੀ ਸੱਪ ਹੋਇਆ ਜੀ ਇਹਨਾਂ ਨਾਲ ਕੰਮ ਹੈ ਸੱਪ ਜਿਹੜਾ ਨਾ ਇਹ ਟਿੱਲਾ ਨਹੀਂ ਕਰਨ ਲੱਗੇ ਉਥੇ ਲੇਕਿਨ ਇਹ ਆਗੇ ਆਣੇ ਥੋੜਾ ਕਿਰਾਇਆ ਖਰਚਾ-ਛਰਚਾ ਜਿਹੜਾ ਨਾ ਬੱਚਿਆਂ ਦੀ ਰੋਜ਼ੀ-ਸ਼ੋਜ਼ੀ ਤੇ ਤੁਸਾਂ ਹੁਣ ਇਹਨਾਂ ਆਖਿਆ ਜੀ ਕਿ ਇਹ ਇਸ ਏਰੀਆ ਵਿੱਚ ਨਾ ਆਏ ਨਸਾਂ ਨੇ ਤੇ ਇਧਰ ਦੰਦੀਆਂ ਸ਼ੰਦੀਆਂ ਜਿਹੜੀਆਂ ਨਾ ਕਾਫੀ ਸਾਰੀਆਂ ਨੇ ਤੇ ਆਣੇ ਨੂੰ ਤਾਂ ਜੋਲੋ ਮਾੜੇ ਕੀ ਤੇ ਮੈਂ ਤੁਸਾਂ ਕੀ ਉੱਥੇ ਬਿਠਾਂ ਛਿਟਾਂ ਤੱਕ ਐ ਤੇ ਮੈਂ ਉਥੋਂ ਜਿਹੜਾ ਇਹਨਾਂ ਨੇ ਪੂਰੇ ਪੂਰੇ ਘਾਰ ਹੋਣੇ ਉਹ ਕਾਹੇ ਸਿਲਸਿਲਾ ਹੋਣਾ ਜੀ ਓਏ ਰਹਿਣ ਨਾ ਜੇ ਇਹਨਾਂ ਨਿਆ ਰਹਿਸ਼ਾ ਹੋਣ ਜਾਂ ਜਿਸ ਤਰ੍ਹਾਂ ਸਾਨੇ ਘਾਰ ਹੋਣੇ ਨੇ ਇਸ ਤਰ੍ਹਾਂ ਇਹਨਾਂ ਨੇ ਘਾਰ ਹੋਣੇ ਠੀਕ ਹੈ ਤੇ ਮੈਂ ਤਜਰਬਾ ਹੋਗਾ ਮੈਂ ਕੱਢ ਕੇ ਨਾ ਤਾਂ ਕਿ ਮਾ ਪਤਾ ਹੋਣਾ ਕਿ ਇਤਿਹਾਸ ਹੈ ਇਸ ਨਸਲ ਨੇ ਇਸ ਇਤਿਹਾਸ ਇਸ ਨਸਲ ਦਾ ਜੀ ਆ ਜਾ बंदा लड़ने नुकसान देने चीज खत्म होनी चाहिए दुश्मन जोश्मन मा शौक है ना मैं लड़ने रहने मैं आप दम पाना ठीक हो गए अच्छा, अच्छा। ना बिल्कुल सही हो गया ਤੇ ਇਹ ਹੁਣ ਤੁਸੀਂ ਕਿਹੜ ਲੈ ਜੁਲੀਆ ਫਿਰ ਇਧਰ ਕਿਉਂਕਿ ਅਸਾਂ ਉਹ ਤੁਸੀਂ ਕੀ ਨਾਜ਼ਰੀਨ ਤਕਾਸਾਂ ਕਿਸ ਰਹਿ ਨਪਣੇ ਨ ਜਿਹੜਾ ਨ ਯਾਰ ਕਿਸ ਰਹਿ ਲੋੜਨੇ ਨ ਤੁਸੀਂ ਕੀ ਪੂਰਾ ਸ਼ਿਕਾਰ ਔਰ ਫਿਰ ਪਟ ਕੇ ਇੱਕ ਖੱਡਾ ਕੋਣਨੇ ਜਾਂ ਉਥੇ ਵਿੱਚ ਜਿੱਥੇ ਹੋਣਾ ਨ ਉਹ ਪਟ ਕੇ ਤੇ ਉਥੋਂ ਫਿਰ ਕੱਢ ਕੇ ਨ ਉਹ ਸਾਰਾ ਤੁਸੀਂ ਤਕਾਸਾਂ ਤੇ ਕਿਹੜ ਲੈ ਜੁਲੀਆ ਫਿਰ ਬਾਜੀ ਉਹ ਬੰਦੇ ਆ ਰਹੇ ਟਰੈਵਲ ਪਿੰਡੇ ਤੋਂ ਮੋਟਰਸਾਈਕਲ ਤੇ ਅੱਛਾ ਤੇ ਉਹ ਅਲਾ ਖੈਰ ਕੀਤੀ ਤੇ 10 15 ਮਿੰਟ ਤੱਕ ਪਹੁੰਚ ਜਾ ਸਾਂ ਅੱਛਾ ਫਿਰ ਅਸਾਂ ਕੁਝ ਥੋੜੀ ਦੇਰ ਸ਼ਿਕਾਰ ਕਰ ਸਾਂ ਫਿਰ ਅਸੀਂ ਵਾਪਸ ਹੁੰਦੇ ਟੋਕਰ ਮਾ ਬਾਦ ਗ੍ਰਾਮ ਵਾਪਸ ਚਲੇ ਜਾ ਸਾਂ ਚਲੋ ਸਹੀ ਬਸ ਐਸਾ ਨਾ ਇਹ ਕੰਮ ਹੋਣਾ ਫਿਰ ਟੋਰ ਕੇ ਚਲੋ ਬਚਨ ਰੋਜ਼ੀ ਰੋਜ਼ ਕਮਾਇਆ ਤੇ ਹੋਰ ਤੁਸਾਂ ਕੋ ਲਿਖਿਆ ਕੋ ਪੀ ਐਸੀ ਐਂਟੀਕ ਚੀਜ਼ ਜਿਹੜੀ ਤੁਸਾਂ ਕੋ ਸੇਲ ਕਰਨੀ ਹੋਏ ਮਤਲਬ ਇਸ ਤਰ੍ਹਾਂ ਨਾ ਸੱਪ ਜਾਂ ਕੋਈ ਯਾ ਜੀ ਜਿਹੜੀ ਹੈ ਜੀ ਜਿਹੜੀ ਚੀਜ਼ ਚਾਹੀਦੀ ਹੋਵੇ ਨਾ ਜੀ ਦੱਸੋ ਨਾ ਸਾ ਤੇ ਅਸਾਂ ਉਹ ਰਾਤੀ 40 ਚ ਕੱਢ ਦੇਨੇ ਆ ਅਗਲੇ ਵਾ ਅਸਾਂ ਨਾ ਖਿਆਲ ਕਰਾ ਕੋਈ ਤੇ ਚਬਕਲੀ ਤੁਸਾਂ ਦੱਸਨੇ ਸੋਪੇ ਕੋ ਗਿਰਗਟ ਕੋ ਤੁਸਾਂ ਕੋਲ ਹਾਂ ਉਹ ਵੀ ਆਇਆ ਜੀ ਮੈਂ ਨਪੀ ਉਹ ਕਰ ਪਈ ਹੈ ਇਹ ਕਹਿ ਰਹੇ ਨਾ ਉਸਨਾ ਉਹ ਆਣ ਖਾਣਾ ਆਸਨੇ ਨੂੰ ਆਣ ਖਾਣ ਦੇ ਇੰਗਲਿਸ਼ ਜੀ ਇਸ ਤਰ੍ਹਾਂ ਨਾ ਕਹ ਆਖਨੇ ਵੈਸੇ ਉਸਾ ਚੀਤਾ ਛਪਕਲੀ ਆਸਨੇ ਨੂੰ ਚੀਤਾ ਛਪਕਲੀ ਤੇ ਲੈਪਡ ਜੈਕੋ ਕਹਨੇ ਉਸਾਂ ਠੀਕ ਹੈ ਆਪਣੇ ਆਪਣੇ ਨਾਂ ਲੋਕਾਂ ਰੱਖ ਆਨੇ ਵੱਸੇ ਜਿਹੜਾ ਹਸਨਾਨ ਖਣ ਨਾਮ ਹੈ ਉਸ ਜਿਹੜਾ ਆਣ ਖਾਨ ਨਾ ਹੈ ਜੀ ਯਾਰ ਚੀਤਾ ਉਸकी ਆਖਣੇ ਲੈਪਰਡ ਇਸ ਤਰ੍ਹਾਂ ਆਖਣੇ ਨੂੰ ਤੇ ਚੀਤਾ ਛਪਕਿਲੀ ਤੇ ਤੁਸੀਂ ਅਗਰ ਰਾਬਤਾ ਇਹਨਾਂ ਨਾਲ ਕਰਨਾ ਚਾਹੋ ਕਿ ਨਹਿਦੀਆਂ ਜਾਂ ਤੁਸਾਂ ਕੋਲ ਕੋਈ ਸੱਪ ਨਿਕਲ ਆchnਾ ਉਥੇ ਘਾਰ-ਸ਼ਾਰ ਜਾਂ ਅੱਗੇ ਪਿਛੇ ਹੱਲੇ ਮੁਹੱਲੇ ਹੀ ਦੁਕਾਨਾਂ ਸ਼ਾਨੇ ਚ ਤੇ ਉਸ ਕੀ ਤੁਸੀਂ ਨਪਵਾਣਾ ਚਾਹੋ ਤੇ ਇਹਨਾਂ ਨਾਲ ਰਾਬਤਾ ਕਰਸੋ ਇਹ ਨੰਬਰ ਤੁਸੀਂ ਆਪਣਾ ਦੱਸ ਛੋੜੋ ਨਾ ਇਸੇ ਚ ਨੰਬਰ ਮੈਂ ਜ਼ਬਾਨੀ ਨਹੀਂ ਯਾਦ ਹੀ ਮਕੜ ਕੇ ਦੱਸਣਾ ਤੁਸਾਂ ਚਲੋ ਇਹ ਨੰਬਰ ਮਾੜੇ ਕੀ ਦੱਸ ਛੋੜਸੋ ਨਾ ਤੇ ਮੈਂ ਫਿਰ ਉਸਨੇ ਸੱਕਰ नहीं, नहीं, नहीं ला छोड़सा उम्मीद कर सां। आज नहीं कि ये वीडियो पसंद आई हो सी अगर वीडियो पसंद आए तो वीडियो की लाइक करना और चैनल की सब्सक्राइब करना अगली वीडियो तक अल्लाह हाफिज